ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਏ ਜੀਵਨ ਦੇ ਉਦਾਰ ਵਾਸਤੇ ਸਾਨੂੰ ਬਣਾ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਸੰਤਾਂ ਨੂੰ ਬਣਾ ਲੈ ਗਹਿਣਾ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਆ ਜੀਵਨ ਦੇ ਜੀ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਹਾਂ ਜੀਵਨ ਦੇ ਜੀ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਜੀਵਨ ਦੇ ਜੀ ਉਦਾਰ ਵਾਸਤੇ ਸੰਤਾਨ ਬਣਾ ਲੈ ਗਹਿਣਾ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਨ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਦਾਰ ਵਾਸਤੇ
ਸੰਤਨ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣ, ਪਰਮ ਸਤਕਾਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਬਹੁਤ ਸਤਿਕਾਰ ਜੋ ਸ੍ਰੀਮਾਨ ਸੰਤ ਬਾਬਾ ਰਮਨਦੀਪ ਸਿੰਘ ਜੀ, ਤਿੰਨਾਂ ਦਾ ਮਹਾਨ ਉੱਦਮ ਉਪਰਾਲਾ ਹੈ, ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕ ਸਰ ਠਾਠ ਮੰਡੀਰਾਂ ਵਿਖੇ ਹਰ ਸਾਲ ਦੀ ਤਰ੍ਹਾਂ ਹੀ ਸੰਪਰਦਾਇ ਨਾਨਕ ਸਰ ਕਲੇਰਾਂ ਦੇ ਬਾਨੀ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਰਸੀ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਮਹਾਨ ਗੁਰਮਤਿ ਸਮਾਗਮ ਨਗਰ ਨਿਵਾਸੀ ਸੰਗਤਾਂ ਨੂੰ, ਇਲਾਕਾ ਨਿਵਾਸੀ ਸੰਗਤਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਰਾਤ ਵੀ ਰਾਤਰੀ ਦੇ ਰਹਿਣ ਸਵਾਈ ਕੀਰਤਨ ਦਰਬਾਰ ਹੋਏ, ਅੱਜ ਵੀ ਦਿਨ ਦੇ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ ਆਰੰਭ ਹੋਏ, ਸਾਡੇ ਤੋਂ ਪਹਿਲਾਂ ਵੀ ਆਪ ਜੀ ਬੜੇ ਹੀ ਪਿਆਰੇ ਜਥਿਆਂ ਪਾਸੋਂ, ਸਾਡੇ ਤੋਂ ਪਹਿਲਾਂ ਭਾਈ ਗੁਰਪ੍ਰੀਤ ਸਿੰਘ ਜੀ ਜੋ ਬੜੇ ਪਿਆਰ ਵਿੱਚ ਭਿੱਜ ਕੇ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਗੁਰੂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਮਹਾਂਪੁਰਖਾਂ ਦੀ ਮਹਿਮਾ ਕਰਕੇ ਗਏ। ਸਵਾਓ ਤਨਕ ਸਮਾਂ ਬਖਸ਼ਿਸ਼ ਹੋਇਆ, ਸਮੇਂ ਵਿੱਚ ਰਹਿ ਕੇ ਹਾਜ਼ਰੀ ਭਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਬੜੇ ਪਿਆਰੇ ਬਚਨ ਨੇ, ਭਾਗਾਂ ਵਾਲੇ ਆ ਜੋ ਸਾਨੂੰ ਜੀਵਨ ਦੇ ਵਿੱਚ ਕਮਾਈ ਵਾਲੇ ਮਹਾਂਪੁਰਖਾਂ ਦਾ ਸੰਗ ਮਿਲੇ, ਤੇ ਜਿਨ੍ਹਾਂ ਨੂੰ ਨਾਮ ਰੰਗੀਆਂ ਰੂਹਾਂ ਦਾ ਨਾਮ ਵਿੱਚ ਭਜਿਆਂ ਹੋਇਆਂ ਦਾ ਜੀਵਨ ਦੇ ਵਿੱਚ ਸੰਗ ਮਿਲ ਜਾਂਦਾ ਹੈ, ਉਹਨਾਂ ਦੀ ਬਾਬਤ ਸਤਿਗੁਰੂ ਜੀ ਬਚਨ ਕਰਦੇ ਨੇ। ਮਹਾਰਾਜ ਕਹਿੰਦੇ, ਹਰ ਜਨ ਸਗਲ ਉਧਾਰੇ ਸੰਗ ਕੇ, ਕਹਿੰਦੇ ਪਰਮਾਤਮਾ ਦੇ ਸੰਤ ਜਨ ਆਪਣੇ ਨਾਲ ਬੈਠਣ ਵਾਲੇ ਸਾਰਿਆਂ ਨੇ, ਜਿੱਦਾਂ ਆਪਾਂ ਹੁਣ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ, ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ, ਤੇ ਆਪ ਜੀ ਹੁਣ ਤੋਂ ਹੀ ਨਹੀਂ, ਅੱਜ ਤੋਂ ਹੀ ਨਹੀਂ, ਪਹਿਲਾਂ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜਿਹੜੇ ਮਸਤ ਫਕੀਰ ਸਾਧੂ ਹੋਏ, ਸਾਧੂ ਬੜੇ ਨੇ ਭਾਈ,
ਬਹੁਤ ਸਾਧੂ ਨੇ ਦੁਨੀਆ ਤੇ, ਪਰ ਮਾਲਕ ਦੇ ਰੰਗ ਵਿੱਚ ਉਹਦੇ ਨਾਮ ਦੀ ਮਸਤੀ ਔਰ ਸੱਚਮੁੱਚ ਦਿਲੋਂ ਫਕੀਰੀ ਧਾਰਨ ਵਾਲੇ ਬਾਬਾ ਬਲਦੇਵ ਸਿੰਘ ਜੀ, ਜਿਨ੍ਹਾਂ ਦੇ ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਤੇ ਉਹਨਾਂ ਦਾ ਸੰਗ ਵੀ ਕੀਤਾ, ਸੰਗਤ ਵੀ ਕੀਤੀ ਹੈ, ਤੇ ਜਿਹੜੇ ਇਹੋ ਜਿਹੇ ਪਿਆਰਿਆਂ ਦੀ ਸੰਗਤ ਕਰਦੇ ਆ, ਸੰਗ ਕਰਦੇ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਹਿੰਦੇ ਪਰਮਾਤਮਾ ਦੇ ਜਿਹੜੇ ਸੰਤ ਨੇ ਨਾ ਰੱਬ ਦੇ ਪਿਆਰੇ, ਉਹ ਆਪਣੇ ਨਾਲ ਬੈਠਣ ਵਾਲਿਆਂ ਨੂੰ ਜਿੰਨੇ ਵੀ ਹੋਣ ਸਾਰਿਆਂ ਨੂੰ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਨਾਮ ਬੇੜੀ ਸੰਤ ਮਲਾ ਪਾਰ ਕਰਦੇ ਖਾ ਮਖਾ, ਜਿਨ੍ਹਾਂ ਨੂੰ ਉਹਨਾਂ ਦਾ ਸੰਗ ਹੋ ਜਾਂਦਾ ਉਹ ਭਵਜਲ ਤੋਂ ਪਾਰ ਹੋ ਜਾਂਦੇ, ਫਿਰ ਇੱਥੇ ਵਸਨੀ ਕਹਿੰਦੇ ਭਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ, ਕਹਿੰਦੇ ਸੰਤ ਜਨਾਂ ਦੀ ਸੰਗਤ ਕਰਨ ਵਾਲੇ ਉਹ ਮਨੁੱਖ ਪਵਿੱਤਰ ਮਨ ਵਾਲੇ ਉੱਚੇ ਜੀਵਨ ਵਾਲੇ ਬਣ ਜਾਂਦੇ, ਉਹਨਾਂ ਦੇ ਅਨੇਕਾਂ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਆ, ਲੋਕ ਦੇ ਵੀ ਤੇ ਪਰਲੋਕ ਦੇ ਵੀ। ਆਖੋ ਸਤਨਾਮ, ਲੋਕ ਦੇ ਦੁੱਖ ਵੀ ਦੂਰ ਹੋ ਜਾਂਦੇ ਆ, ਪਰਲੋਕ ਦੇ ਦੁੱਖ ਵੀ ਦੂਰ ਹੋ ਜਾਂਦੇ ਆ। ਜਗਰਾਉਂ ਦੇ ਰਹਿਣ ਵਾਲਾ ਸੀ ਇੱਕ ਪੰਡਿਤ ਅਮੀ ਚੰਦ, ਕਹਿੰਦੇ ਜੋਤਿਸ਼ ਵਿਦਿਆ ਦਾ ਬੜਾ ਮਾਹਰ ਸੀ, ਬਹੁਤ ਦੂਰ ਦੂਰ ਤੋਂ ਲੋਕ ਉਹਦੇ ਕੋਲ ਆਉਂਦੇ ਸਨ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਬਾਰੇ ਉਹ ਦੱਸਦਾ ਸੀ, ਫਿਰ ਉਹ ਜੇ ਉਪਾਅ ਉਹਨੂੰ ਦੱਸਣੇ ਵੀ ਤੇਰੇ ਤੇ ਆਹ ਔਖਾ ਸਮਾਂ ਆਉਣ ਵਾਲਾ ਤੇ ਆਹ ਪਾ ਕਰ ਤੇ ਔਖਾ ਸਮਾਂ ਟਲ ਜੂਗਾ, ਜਿੰਨੀ ਮਾਇਆ ਉਹਨੇ ਕਹਿਣੀ ਲੋਕਾਂ ਨੇ ਉਨੀ ਮਾਇਆ ਉਹਨੂੰ ਦੇਣੀ। ਬੜਾ ਸੋਹਣਾ ਉਹਦਾ ਇਹ ਕੰਮ ਚੱਲਦਾ। ਕਹਿੰਦੇ ਅਮੀ ਚੰਦ ਦੇ ਇੱਕੋ ਇੱਕ ਲੜਕਾ ਨੌਜਵਾਨ ਹੋਇਆ ਤੇ ਅਮੀ ਚੰਦ ਨੇ ਆਪਣੇ ਲੜਕੇ ਦਾ ਵਿਆਹ ਰੱਖਿਆ, ਬੜੇ ਚਾਵਾਂ ਨਾਲ ਆਪਣੇ ਪੁੱਤ ਦਾ ਵਿਆਹ ਕੀਤਾ। ਨੂੰ ਰਾਣੀ ਘਰ ਵਿੱਚ ਆ ਗਈ, ਸਮਾਂ ਆਇਆ ਜਦੋਂ ਪੰਡਿਤ ਅਮੀ ਚੰਦ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਹੋਇਆ ਤੇ ਉਹ ਬਿਮਾਰ ਰਹਿਣ ਲੱਗ ਗਈ, ਕੋਈ ਬਿਮਾਰੀ ਐਸੀ ਲੱਗ ਗਈ ਉਹਨੂੰ, ਉਹਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ, ਹੁਣ ਰੋਜ਼ ਮਾਇਆ ਖਰਚ ਹੋਵੇ ਉਹਨੂੰ ਫਰਕ ਨਾ ਪਵੇ। ਉਧਰੋਂ ਸਾਧ ਸੰਗਤ ਬੱਚਾ ਹੋਣ ਵਾਲਾ ਦਿਨ ਪੂਰੇ ਹੋ ਗਏ, ਉਹਦੀ ਨੂੰਹ ਨੂੰ ਦਾਖਲ ਕਰਵਾਇਆ
ਤੇ ਡਾਕਟਰ ਕਹਿਣ ਲੱਗੇ ਵੀ ਹੁਣ ਕੰਡੀਸ਼ਨ ਐਸੀ ਬਣ ਗਈ ਹੈ ਵੀ ਵੱਡਾ ਆਪਰੇਸ਼ਨ ਕਰਨਾ ਪਊਗਾ ਤੇ ਕੋਈ ਗਰੰਟੀ ਨਹੀਂ ਲੈ ਸਕਦੇ ਇੱਕ ਦੀ ਜਾਨ ਬਚੂਗੀ ਜਾਂ ਬੱਚੇ ਦੀ ਮਾਂ ਬਚ ਸਕਦੀ ਹੈ ਤੇ ਜਾਂ ਬੱਚਾ ਬਚ ਸਕਦਾ ਪੰਡਿਤ ਅਮੀ ਚੰਦ ਕਹਿੰਦਾ ਵੀ ਸਾਨੂੰ ਤੇ ਦੋਵਾਂ ਦੀ ਲੋੜ ਹੈ ਤੁਸੀਂ ਕੋਸ਼ਿਸ਼ ਕਰੋ ਵੀ ਬੱਚਾ ਵੀ ਬਚ ਜਾਵੇ ਤੇ ਬੱਚੇ ਦੀ ਮਾਂ ਵੀ ਬਚ ਜਾਵੇ ਉਹਨੇ ਚਲੋ ਆਪਣੇ ਦੇਵੀ ਦੇਵਤਿਆਂ ਨੂੰ ਧਿਆਉਣਾ ਸ਼ੁਰੂ ਕੀਤਾ ਐਸੀ ਖੇਡ ਵਰਤੀ ਅਮੀ ਚੰਦ ਦੀ ਨੂੰਹ ਜਿਹੜੀ ਉਹ ਚੜ੍ਹਾਈ ਕਰ ਗਈ ਤੇ ਬੱਚਾ ਸੀ ਜਿਹੜਾ ਬਚ ਗਿਆ ਹੁਣ ਨੂੰਹ ਦੀਆਂ ਅੰਤਮ ਰਸਮਾਂ ਸਾਰੀਆਂ ਕੀਤੀਆਂ ਜਦੋਂ ਬੱਚਾ ਥੋੜੇ ਜਿਹੇ ਦਿਨਾਂ ਦਾ ਹੋਇਆ ਐਸੀ ਖੇਡ ਵਰਤੀ ਉਹ ਬੱਚਾ ਵੀ ਚੜ੍ਹਾਈ ਕਰ ਗਿਆ ਆਖੋ ਸਤਨਾਮ ਉਹ ਬੱਚਾ ਵੀ ਚੜ੍ਹਾਈ ਕਰ ਸਾਰਾ ਪਰਿਵਾਰ ਬੜਾ ਦੁਖੀ ਹੋ ਗਿਆ ਵੀ ਆਹ ਕੀ ਭਾਣਾ ਵਰਤ ਗਿਆ ਆਹ ਕੀ ਖੇਡ ਵਰਤ ਹੌਲੀ ਹੌਲੀ ਚਲੋ ਸਮਾਂ ਬੀਤਿਆ ਅਮੀ ਚੰਦ ਨੇ ਆਪਣੇ ਪੁੱਤਰ ਦਾ ਦੁਬਾਰਾ ਵਿਆਹ ਕੀਤਾ ਦੁਬਾਰਾ ਨੂੰਹ ਰਾਣੀ ਘਰ ਆਈ ਐਸਾ ਸਮਾਂ ਬਣਿਆ ਵੀ ਜਿਹੜੀ ਕੰਡੀਸ਼ਨ ਪਹਿਲੀ ਨੂੰਹ ਦੀ ਬਣੀ ਸੀ ਉਹੀ ਦੂਸਰੀ ਨੂੰਹ ਦੀ ਬਣ ਗਈ ਹੁਣ ਉਹਦੇ ਤੇ ਖਰਚਾ ਹੋਣਾ ਸ਼ੁਰੂ ਹੋ ਗਿਆ ਐਸੀ ਖੇਡ ਵਰਤ ਗਈ ਕਹਿੰਦੇ ਆਪਣੀ ਨੂੰਹ ਦਾ ਇਲਾਜ ਕਰਾਉਂਦੇ ਕਰਾਉਂਦੇ ਅਮੀ ਚੰਦ ਨੇ ਆਪਣਾ ਘਰ ਵੀ ਗਿਰਵੀ ਰੱਖ ਦਿੱਤਾ ਘਰ ਵੀ ਗਹਿਣੇ ਰੱਖ ਦਿੱਤਾ ਹੁਣ ਆਂਢ ਗੁਆਂਢ ਨਗਰ ਦੇ ਲੋਕ ਇਹਦੇ ਘਰ ਆਉਂਦੇ ਨੇ ਪਤਾ ਲੈਣ ਵਾਸਤੇ ਸਾਰਿਆਂ ਨੂੰ ਦੁੱਖ ਹੁੰਦਾ ਵੀ ਪਹਿਲਾਂ ਵੀ ਇਹ ਪਰਿਵਾਰ ਨਾਲ ਐਡਾ ਵੱਡਾ ਭਾਣਾ ਵਰਤ ਗਿਆ ਹੁਣ ਦੂਸਰੀ ਨੂੰ ਆਈ ਹੈ ਬੱਚਾ ਹੋਣ ਵਾਲਾ ਫਿਰ ਉਹੀ ਕੰਡੀਸ਼ਨ ਵਰਤ ਗਈ ਘਰ ਬਾਰ ਤੱਕ ਗਹਿਣੇ ਰੱਖ ਦਿੱਤਾ ਸਾਧ ਸੰਗਤ ਹੁਣ ਕਹਿੰਦੇ ਜਦੋਂ ਦੂਸਰੀ ਨੂੰਹ ਦੇ ਦਿਨ ਪੂਰੇ ਹੋਏ ਨਾ ਬੱਚਾ ਹੋਣ ਵਾਲਾ ਚਲੋ ਉਹ ਸਮੇਂ ਤੇ ਦਾਈਆਂ ਮਾਈਆਂ ਨੂੰ ਘਰ ਬੁਲਾਇਆ ਜਾਂਦਾ ਸੀ ਉਹ ਕਹਿਣ ਲੱਗੀਆਂ ਵੀ ਸਾਡੇ ਵੱਸ ਦੀ ਗੱਲ ਨਹੀਂ ਇਹਨੂੰ ਸ਼ਹਿਰ ਲੈ ਲੈ ਹੌਸਪੀਟਲ ਵਿੱਚ ਦਾਖਲ ਕਰਾਓ ਹੋ ਸਕਦਾ ਇਹਦਾ ਵੀ ਆਪਰੇਸ਼ਨ ਹੀ ਕਰਨਾ ਪਏ ਏਦਾਂ ਬੱਚੇ ਨੇ ਜਨਮ ਨਹੀਂ ਲੈਣਾ ਅਮੀ ਚੰਦ ਸੋਚੀ ਪੈ ਗਿਆ ਵੀ ਕੀ ਕਰਾਂ ਪਹਿਲਾਂ ਸਾਰਾ ਕੁਝ ਵਿਕ ਚੁੱਕਿਆ ਘਰ ਬਾਰ ਤੱਕ ਗਹਿਣੇ ਹੋ ਚੁੱਕਿਆ ਹੈ ਹੁਣ ਆਪਣੀ ਨੂੰਹ ਦਾ ਮੈਂ ਇਲਾਜ ਕਿਵੇਂ ਕਰਵਾਵਾਂ ਕਿਸ ਤਰ੍ਹਾਂ ਹੋਏਗਾ ਬੜਾ ਉਦਾਸ ਹੋਇਆ ਬੈਠਾ ਕੋਈ ਰਾਹ ਨਹੀਂ ਦਿਖਦਾ ਕੋਈ ਪਾਸਾ ਨਹੀਂ ਦਿਖਦਾ ਵੀ ਕਿੱਥੇ ਜਾਵਾਂ ਇੱਥੋਂ ਦੇ ਰਹਿਣ ਵਾਲੇ ਸੀ ਇੱਕ ਭਾਈ ਹੀਰਾ ਸਿੰਘ ਉਹ ਬਾਬਾ ਆਨੰਦ ਸਿੰਘ ਮਹਾਰਾਜਿਆਂ ਦੀ ਸੰਗਤ ਕਰਦੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਪੰਡਿਤ ਅਮੀ ਚੰਦ ਨਾਲ ਆਹ ਖੇਡ ਵਰਤ ਗਈ ਪਹਿਲਾਂ ਬੜਾ ਵੱਡਾ ਘਾਟਾ ਪੈ ਗਿਆ ਹੁਣ ਫਿਰ ਉਹੀ ਮੁਸ਼ਕਲ ਬਣੀ
ਮਨ ਵਿੱਚ ਤਰਸ ਆਇਆ ਦਇਆ ਆਈ ਭਾਈ ਹੀਰਾ ਸਿੰਘ ਚੱਲ ਕੇ ਅਮੀ ਚੰਦ ਦੇ ਕੋਲ ਗਏ ਜਾ ਕੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਤੇ ਆਪ ਜੋਤਿਸ਼ ਵਿਦਿਆ ਦੇ ਮਾਹਰ ਹੋ ਲੋਕਾਂ ਦਾ ਆਉਣ ਵਾਲਾ ਸਮਾਂ ਦੱਸਦੇ ਹੋ ਤੇ ਜਿਹੋ ਜਿਹਾ ਸਮਾਂ ਹੁੰਦਾ ਮੁਸ਼ਕਲ ਹੁੰਦੀ ਹੈ ਉਹੋ ਜਿਹਾ ਅਪਾਗਲੇ ਦਾ ਕਰਦੇ ਹੋ ਕਿ ਤੁਹਾਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਸੀ ਵੀ ਸਾਡੇ ਤੇ ਆਹ ਸਮਾਂ ਆਉਣ ਵਾਲਾ ਪੰਡਿਤ ਅਮੀ ਚੰਦ ਆਪਣੀਆਂ ਅੱਖਾਂ ਭਰਿਆਇਆ ਕਹਿਣ ਲੱਗਾ ਹੀਰਾ ਸਿਉਂ ਇਹ ਜਿਹੜੀ ਜੋਤਿਸ਼ ਵਿਦਿਆ ਹੈ ਨਾ ਇਹ ਦੂਸਰਿਆਂ ਵਾਸਤੇ ਹੀ ਹੈ ਆਪਣੇ ਵਾਸਤੇ ਨਹੀਂ ਆਪਣੇ ਵਾਸਤੇ ਨਹੀਂ ਹੈ ਦੂਸਰਿਆਂ ਵਾਸਤੇ ਹੀ ਹੈ ਹੁਣ ਫਿਰ ਕੀ ਕਰੇਗਾ ਕਹਿੰਦਾ ਕੋਈ ਪਤਾ ਨਹੀਂ ਲੱਗਦਾ ਕੋਈ ਸਮਝ ਨਹੀਂ ਲੱਗਦੀ ਬਾਣੀ ਕਹਿੰਦੀ ਜਾਂ ਕੋ ਮੁਸ਼ਕਲ ਆਤਮਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਕੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੈ ਸਭ ਸਰਾਓ ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਾਤੀ ਵਾ ਕਹਿੰਦੇ ਅਮੀ ਚੰਦ ਏਦਾਂ ਕਰ ਮੇਰੇ ਨਾਲ ਚੱਲ ਨਾਨਕ ਸਰ ਕਲੇਰਾਂ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਬੜੀ ਕਮਾਈ ਵਾਲੇ ਨੇ ਬੜੀ ਬੰਦਗੀ ਵਾਲੇ ਨੇ ਮਹਾਂਪੁਰਖ ਔਖੇ ਵੇਲੇ ਦਾ ਗਹਿਣਾ ਹੁੰਦੇ ਆ ਚੱਲ ਚੱਲ ਕੇ ਬੇਨਤੀ ਕਰਦੇ ਆ ਉਹ ਜ਼ਰੂਰ ਸਾਡੀ ਬਾਂਹ ਫੜਨਗੇ ਪੰਡਿਤ ਅਮੀ ਚੰਦ ਹੀਰਾ ਸਿੰਘ ਦੇ ਨਾਲ ਨਾਨਕ ਸਰ ਕਲੇਰਾਂ ਆਇਆ ਨਾਨਕ ਸਰ ਕਲੇਰਾਂ ਆ ਕੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਆਹ ਗੱਲ ਹੈ ਆਹ ਮੁਸ਼ਕਲ ਬਣੀ ਹੈ ਕਿਰਪਾ ਕਰੋ ਬਾਬਾ ਜੀ ਬੜੇ ਤਾੜਨਾ ਵਿੱਚ ਆ ਗਏ ਕਹਿੰਦੇ ਅਸੀਂ ਬੰਦਗੀ ਕਰਨ ਵਾਲੇ ਅਸੀਂ ਭਗਤੀ ਕਰਨ ਵਾਲੇ ਨਾਮ ਜਪਣ ਵਾਲੇ ਅਸੀਂ ਹੁਣ ਲੋਕਾਂ ਦੇ ਬੱਚੇ ਜਮਾਉਂਦੇ ਫਿਰੀਏ ਆਖੋ ਸਤਨਾਮ ਸਾਡਾ ਭਲਾ ਇਹਦੇ ਵਿੱਚ ਕੀ ਕੰਮ ਹੈ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਪੰਡਿਤ ਅਮੀ ਚੰਦ ਕੋਲ ਖੜਾ ਰੋਈ ਜਾਂਦਾ ਕੋਈ ਸਮਝ ਨਹੀਂ ਆਉਂਦੀ ਕੀ ਆਖੀਆ ਕੋਲ ਖੜੇ ਸੇਵਾਦਾਰ ਉਹਨਾਂ ਨੂੰ ਅਮੀ ਚੰਦ ਦੀ ਹਾਲਤ ਵੇਖ ਕੇ ਨਾ ਤਰਸ ਆ ਗਿਆ ਕਹਿਣ ਲੱਗੇ ਬਾਬਾ ਜੀ ਆਪੇ ਤੇ ਹਰ ਵੇਲੇ ਦੀਵਾਨ ਵਿੱਚ ਸੰਗਤਾਂ ਨੂੰ ਇਹ ਬਚਨ ਕਰਦੇ ਹੋ ਵੀ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਸਭ ਦੀ ਪੂਰੀ ਪੈਂਦੀ ਹੈ ਇੱਥੇ ਸਭ ਦੀ ਸੁਣੀ ਜਾਂਦੀ ਹੈ ਜੇ ਇੱਥੇ ਨਾ ਪੂਰੀ ਪਈ ਦੁਨੀਆਂ ਦੀ ਕਿਸੇ ਦਰਗਾਹ ਤੇ ਨਹੀਂ ਪੂਰੀ ਪੈਣੀ ਜੇ ਇੱਥੇ ਨਾ ਸੁਣੀ ਗਈ ਦੁਨੀਆਂ ਦੀ ਕਿਸੇ ਦਰਗਾਹ ਤੇ ਨਹੀਂ ਸੁਣੀ ਜਾਣੀ ਤੇ ਮਹਾਰਾਜ ਇਹ ਘਰ ਵੀ ਤੇ ਗੁਰੂ ਨਾਨਕ ਦਾ ਘਰ ਹੈ ਨਾਨਕ ਸਰ ਭਗਤੀ ਦਾ ਘਰ ਉਹ ਭਾਵਨਾ ਨਾਲ ਆਇਆ ਉਹ ਸਰਦਾ ਨਾਲ ਆਇਆ ਜੇ ਉਹਦੀ ਇੱਥੇ ਨਾ ਪੂਰੀ ਪਊਗੀ ਤੇ ਕਿੱਥੇ ਪੂਰੀ ਪਊਗੀ ਜਦੋਂ ਸੇਵਾਦਾਰਾਂ ਨੇ ਬੇਨਤੀ ਕੀਤੀ ਨਾ ਅਮੀ ਚੰਦ ਤੇ ਤਰਸ ਖਾ ਕੇ ਤੇ ਅਮੀ ਚੰਦ ਨੂੰ ਵੀ ਸਮਝ ਆਈ ਉਹਨੇ ਵੀ ਹੱਥ ਜੋੜ ਬੇਨਤੀ ਕੀਤੀ ਕਹਿਣ ਲੱਗਾ ਬਾਬਾ ਜੀ ਉਹ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ
ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਕਿਹੜੇ ਦਰ ਜਾਵਾਂ ਮੈਂ ਕਿਹੜੇ ਦਰ ਜਾਵਾਂ ਮੇਰੀ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ ਕਿਹੜੇ ਨਾਲ ਜਾਵਾਂ ਮੈਂ ਛੱਡ ਕੇ ਦੁਬਾਰਾ ਤੇਰਾ 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 ਹੋ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਛੱਡ ਕੇ ਦੁਬਾਰਾ ਤੇਰਾ ਕਿਹੜੇ ਦਰ ਜਾਵਾਂ ਮੈਂ 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 ਛੱਡ ਕੇ ਦੁਬਾਰਾ ਸਗਲ ਦੁਆਰ ਕੋ ਛੱਡ ਕੇ ਦੁਆਰੋ ਦਾਰ ਬਾਹੇ ਗਹੀ ਕਿਲਾ ਜੀ ਅਸ ਗੋਬਿੰਦ ਦਾ ਸੁਭਾਰ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾ ਜਸ ਗੋਬਿੰਦ ਬਾਬਾ ਜੀ ਕਿਰਪਾ ਕਰੋ ਮਿਹਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਮੇਰਾ ਦੇ ਘਰ ਵਿੱਚ ਆਏ ਪੰਡਿਤ ਅਮੀ ਚੰਦ ਨੂੰ ਕਹਿਣ ਲੱਗੇ ਅਮੀ ਚੰਦਾ ਏਦਾਂ ਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਜਾ ਕੇ ਉੱਥੇ ਝੋਲੀ ਅੱਡ ਪੱਲਾ ਅੱਡ ਅਰਦਾਸ ਬੇਨਤੀ ਕਰ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਕਹਿੰਦੇ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਆਪੇ ਬੱਚਾ ਜਨਮ ਲੈ ਲੂਗਾ ਆਖੋ ਸਤਨਾਮ ਆਪੇ ਬੱਚਾ ਜਨਮ ਲੈ ਲੂਗਾ ਪ੍ਰੇਮ ਨਾਲ ਜਾ ਕੇ ਸ਼ਰਧਾ ਨਾਲ ਜਾ ਕੇ ਕਹਿ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਵਾਰੀ ਜ਼ਰੂਰ ਲਾਜ ਰੱਖਣਗੇ ਜਾ ਜਾ ਕੇ ਬੇਨਤੀ ਕਰ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਤੇ ਹੀਰਾ ਸਿੰਘ ਨੇ ਅਮੀ ਚੰਦ ਦੀ ਬਾਂਹ ਫੜ ਲਈ
ਆਜੋ ਪੰਡਤ ਜੀ ਹੋ ਗਈਆਂ ਮੇਰਾ ਭਰੋਸਾ ਹੁੰਦਾ ਸੰਗਤ ਕਰਨ ਵਾਲਿਆਂ ਵਿਸ਼ਵਾਸ ਕਹਿੰਦੇ ਵਚਨ ਕਰਨ ਦਾ ਮਹਾਂਪੁਰਖਾਂ ਨੇ ਹੋ ਗਈਆਂ ਮੇਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਗਏ ਜਾ ਕੇ ਅਰਦਾਸ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ ਕਰੋ ਵੇਰ। ਕਹਿੰਦੇ ਅਰਦਾਸ ਬੇਨਤੀ ਕਰਕੇ ਅਮੀ ਚੰਦ ਆਪਣੇ ਘਰ ਨੂੰ ਤੁਰ ਪਿਆ। ਇੱਧਰੋਂ ਹੁਣ ਦਾਈਆਂ ਮਾਈਆਂ ਉਹ ਜਵਾਬ ਦੇ ਗਈਆਂ ਸੀ ਵੀ ਸਾਡੇ ਵੱਸ ਦੀ ਗੱਲ ਨਹੀਂ ਹੈ ਵੀ ਆਪਣੀ ਨੂੰਹ ਰਾਣੀ ਨੂੰ ਤੁਸੀਂ ਹੋਸਪਿਟਲ ਲੈ ਲਓ, ਇਹਦਾ ਆਪਰੇਸ਼ਨ ਕਰਨਾ ਪੈਣਾ। ਕਹਿੰਦੇ ਇੱਧਰੋਂ ਅਮੀ ਚੰਦ ਆਪਣੇ ਘਰ ਨੂੰ ਤੁਰ ਪਿਆ, ਦਾਈਆਂ ਮਾਈਆਂ ਆਪਣੇ ਘਰ ਨੂੰ ਚਲੀਆਂ ਗਈਆਂ। ਕਹਿੰਦੇ ਘਰ ਤੱਕ ਜਾਂਦਿਆਂ ਨੂੰ ਐਸੀ ਕਿਰਪਾ ਹੋ ਗਈ, ਐਸੀ ਮਿਹਰ ਹੋ ਗਈ, ਦਾਈਆਂ ਵੀ ਜਵਾਬ ਦੇ ਗਈਆਂ ਵੀ ਨਹੀਂ ਬੱਚਾ ਆਪਣੇ ਆਪ ਜਨਮ ਲੈ ਸਕਦਾ, ਹੋਸਪਿਟਲ ਜਾਣਾ ਪੈਣਾ। ਪਰ ਜਦੋਂ ਕਹਿੰਦੇ ਅਮੀ ਚੰਦ ਘਰ ਗਿਆ, ਐਸੀ ਖੇਡ ਵਰਤੀ, ਗੁਰੂ ਨਾਨਕ ਸਾਹਿਬ ਜੀਆਂ ਦੀ ਕਿਰਪਾ ਹੋਈ, ਬੱਚੇ ਨੇ ਆਪਣੇ ਆਪ ਹੀ ਜਨਮ ਲੈ ਲਿਆ, ਆਪਣੇ ਆਪ ਹੀ ਜਨਮ ਲੈ ਲਿਆ। ਘਰ ਗਿਆ ਅਮੀ ਚੰਦ ਤੇ ਵਧਾਈਆਂ ਮਿਲਣ ਲੱਗ ਗਈ, ਵਧਾਈਆਂ ਹੋਣ ਵੀ ਕਾਕੇ ਨੇ ਜਨਮ ਲਿਆ, ਨੂੰਹ ਰਾਣੀ ਉਹ ਵੀ ਠੀਕ ਹੈ, ਉਹ ਵੀ ਠੀਕ ਹੈ, ਤੰਦਰੁਸਤ ਹੈ, ਬੱਚਾ ਵੀ ਤੰਦਰੁਸਤ ਹੈ। ਉਹ ਦਾਈਆਂ ਜਿਹੜੀਆਂ ਜਵਾਬ ਦੇ ਕੇ ਉਹਨਾਂ ਨੂੰ ਪਤਾ ਲੱਗਿਆ, ਉਹ ਭੱਜ ਕੇ ਆਈਆਂ ਵੀ ਇਹ ਕਿੱਦਾਂ ਹੋ ਗਿਆ, ਸਾਡਾ ਵੀ ਤਜਰਬਾ ਸਾਰੀ ਜ਼ਿੰਦਗੀ ਦਾ, ਐਸੀ ਹਾਲਤ ਹੀ ਨਹੀਂ ਸੀ ਵੀ ਬੱਚਾ ਆਪਣੇ ਆਪ ਜਨਮ ਲੈ ਲਵੇ, ਇਹ ਕਿਰਪਾ ਕਿਵੇਂ ਹੋਈ। ਤੇ ਅਮੀ ਚੰਦ ਕਹਿਣ ਲੱਗਾ, ਇਹ ਕਿਰਪਾ ਬਾਬਾ ਨੰਦ ਸਿੰਘ ਮਹਾਰਾਜ ਜੀਆਂ ਨੇ ਕੀਤੀ ਹੈ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਚਨ ਕਰਦੇ ਸੀ ਵੀ ਜਿਹੜਾ ਸਾਧੂ ਤੁਹਾਡੀ ਇੱਥੇ ਨਹੀਂ ਬਾਂਹ ਫੜ ਸਕਦਾ, ਉਹ ਦਰਗਾਹ 'ਚ ਕੀ ਬਾਂਹ ਫੜੂਗਾ, ਉਹ ਦਰਗਾਹ 'ਚ ਕੀ ਤੁਹਾਡੀ ਬਾਂਹ ਫੜੂਗਾ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਐਸੇ ਮਹਾਂਪੁਰਖ ਹੋਏ ਆ ਜਿਨ੍ਹਾਂ ਨੇ ਇੱਥੇ ਵੀ ਬਾਂਹ ਫੜੀ ਤੇ ਦਰਗਾਹ 'ਚ ਵੀ ਬਾਂਹ ਫੜੀ। ਵਚਨ ਕਰਦੇ ਸੀ ਤੁਸੀਂ ਗੁਰੂ ਨਾਨਕ ਦੇ ਚਰਨ ਨਾ ਛੱਡਿਓ ਤੇ ਗੁਰੂ ਨਾਨਕ ਤੁਹਾਡੀ ਬਾਂਹ ਨਹੀਂ ਛੱਡੂਗਾ, ਜਾਮਨ ਅਸੀਂ ਬੈਠੇ ਹਾਂ, ਆਖੋ ਸਤਨਾਮ ਅਸੀਂ ਬੈਠੇ ਹਾਂ। ਇਸੇ ਕਰਕੇ ਪਿਆਰ ਵਾਲਿਓ ਭਲੇ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ, ਤੇ ਮਹਾਂਪੁਰਖ ਜੀਵਨ ਦਾ ਗਹਿਣਾ ਹੁੰਦੇ ਆ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਕਹਿਣਾ। ਫਿਰ ਅਮੀ ਚੰਦ ਆਇਆ ਦੁਬਾਰਾ ਨਾਨਕ ਸਰਕ ਲੈ ਰਿਹਾ, ਬਾਬਾ ਨੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ। ਕਹਿੰਦੇ ਜੀ ਸ਼ੁਕਰਾਨਾ ਤੁਹਾਡਾ, ਕਹਿੰਦੇ ਸ਼ੁਕਰਾਨਾ ਸਾਡਾ ਨਹੀਂ ਗੁਰੂ ਨਾਨਕ ਦਾ ਘਰ, ਜਿਨ੍ਹਾਂ ਨੇ ਸਾਡੀ ਤੇ ਤੁਹਾਡੀ ਲਾਜ ਰੱਖੀ ਹੈ, ਸ਼ੁਕਰਾਨਾ ਉਹਦਾ ਘਰ। ਪਰ ਹਾਂ, ਅੱਜ ਤੋਂ ਸਾਡਾ ਇੱਕ ਵਚਨ ਮੰਨ ਲੈ ਵੀ ਹੱਕ ਸੱਚ ਦੀ ਖਾਣੀ ਸ਼ੁਰੂ ਕਰ ਦੇ। ਇਹ ਮਾਇਆ ਜਿਹੜੀ ਤੂੰ ਠੱਗੀਆਂ ਮਾਰ ਕੇ ਇਕੱਠੀਆਂ ਕਰਦਾ ਨਾ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ, ਇਹ ਮਾਇਆ ਜਿਵੇਂ ਆਈ ਉਵੇਂ ਗਈ ਹੈ, ਤੇਰਾ ਗਿਆ ਹੋਇਆ ਸਭ ਕੁਝ ਵਾਪਸ ਆ ਜੂ। ਹੱਕ ਸੱਚ ਦੀ ਕਮਾਈ ਕਰਨੀ ਸ਼ੁਰੂ ਕਰ ਦੇ, ਜੋਤਿਸ ਵਿਦਿਆ ਦਾ ਖਹਿੜਾ ਛੱਡ ਦੇ, ਸੱਚੀ ਸੁੱਚੀ ਕਿਰਤ ਕਰਿਆ ਕਰ, ਤੇ ਉਹ ਗੁਰੂ ਨਾਨਕ ਦਾ ਸ਼ੁਕਰਾਨਾ ਕਰਿਆ ਕਰ, ਸਭ ਕੁਝ ਦੁਬਾਰਾ ਵਾਪਸ ਆ ਜੂਗਾ। ਸਤ ਵਚਨ ਮਹਾਰਾਜ। ਫਿਰ ਅਮੀ ਚੰਦ ਨੇ ਜੋਤਿਸ ਵਿਦਿਆ ਦਾ ਖਹਿੜਾ ਛੱਡ ਦਿੱਤਾ,
ਹੱਕ ਸੱਚ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਮਹਾਂਪੁਰਖਾਂ ਦੀ ਮਿਹਰ ਹੋਈ, ਫਿਰ ਗਿਆ ਸਭ ਕੁਝ ਵਾਪਸ ਆ ਗਿਆ, ਖੁਸ਼ੀਆਂ ਖੇੜੇ ਸਭ ਕੁਝ ਆ ਗਏ ਭਾਈ। ਆਓ ਬਾਬਾ ਆਨੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਇਹ ਧਾਰਨਾ ਪੜ੍ਹ ਕੇ ਫਿਰ ਦਾਸ ਸਮਾਪਤੀ ਕਰਦਾ। ਬਹੁਤ ਹੀ ਪਿਆਰ ਵਾਲੇ ਸ੍ਰੀਮਾਨ ਸੰਤ ਬਾਬਾ ਚਮਕੌਰ ਸਿੰਘ ਜੀ ਪੰਜ ਗ੍ਰਾਈ ਵਾਲੇ, ਉਹ ਵੀ ਸਟੇਜ ਤੇ ਸਵਾਏ ਮਾਨੇ। ਬਹੁਤ ਸਤਿਕਾਰਯੋਗ ਬਾਬਾ ਹਰਜਿੰਦਰ ਸਿੰਘ ਜੀ ਮਟੀਲੀ ਵਾਲੇ, ਉਹ ਵੀ ਸਟੇਜ ਤੇ ਸਵਾਏ ਮਾਨੇ। ਦਸਰਿਆਂ ਤੋਂ ਬਾਅਦ ਉਹਨਾਂ ਨੇ ਵੀ ਆਪ ਜੀਆਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ। ਹੋਰ ਬੇਅੰਤ ਰੱਬ ਰੰਗੀਆਂ ਰੂਹਾਂ ਬਾਬਾ ਜੀ ਦੇ ਦਰੋਂ ਘਰੋਂ ਭਰੋਸਾਈ ਜਥੇ ਪਹੁੰਚ ਰਹੇ ਨੇ। ਸਾਰਿਆਂ ਨੇ ਆਪੋ ਆਪਣਾ ਸਮਾਂ ਲਾਉਣਾ ਤੇ ਸਾਰੀਆਂ ਸੰਗਤਾਂ ਨੇ ਪਿਆਰ ਵਿੱਚ ਬੈਠ ਕੇ ਇਸੇ ਤਰ੍ਹਾਂ ਹੀ ਆਨੰਦ ਮਾਨਣਾ ਭਾਈ। ਆਓ ਸਾਰੇ ਪਿਆਰ ਨਾਲ ਪੜੀਏ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਹੋ ਤੇਰੇ ਦਰ ਤੋਂ ਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਦਰ ਤੋਂ ਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਤੋਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਨੇ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਜੋ ਵੀ ਆਉਂਦਾ ਤੇਰੇ ਦਰ ਤੇ, ਰੱਖ ਭਰੋਸਾ ਤੇਰੇ ਘਰ ਤੇ। ਜੋ ਵੀ ਆਉਂਦਾ ਤੇਰੇ ਦਰ ਤੇ, ਰੱਖ ਭਰੋਸਾ ਤੇਰੇ ਘਰ ਤੇ। ਭਾਗ ਜਾਗਦੇ ਉਹਨਾਂ ਦੇ ਸੁਤੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ, ਧੰਨ ਬਾਬਾ ਆਨੰਦ ਸਿੰਘ ਜੀ। ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ,
ਬਾਬਾ ਨੰਦ ਸਿੰਘ ਜੀ ਮੇਰੇ ਦਰ ਤੋਂ ਦੂਰ ਹੁੰਦੇ ਦੁਖੜੇ ਤਾਨੂੰ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁਖੜੇ ਤਾਨੂੰ ਬਾਬਾ ਨੰਦ ਸਿੰਘ ਜੀ ਹਾਂਜੀ ਤੇਰੀ ਮਹਿਮਾ ਬੋਲ ਨਾ ਹੁੰਦੀ ਸਾਥੋਂ ਕਿਧਰੇ ਤੋਲ ਨਾ ਹੁੰਦੀ ਤੇਰੀ ਮਹਿਮਾ ਬੋਲ ਨਾ ਹੁੰਦੀ ਸਾਥੋਂ ਕਿਧਰੇ ਤੋਲ ਨਾ ਹੁੰਦੀ ਤੇਰੀ ਮਹਿਮਾ ਬੋਲ ਨਾ ਹੁੰਦੀ ਸਾਥੋਂ ਕਿਧਰੇ ਤੋਲ ਨਾ ਹੁੰਦੀ ਤੇਰੇ ਲਿਖੇ ਲਿਖਵੀਰ ਦਿਲੋਂ ਮੁਖੜੇ ਧੰਨ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ ਧੰਨ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ ਧੰਨ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁੱਖੜੇ ਦਰ ਤੋਂ ਦੂਰ ਹੁੰਦੇ ਦੁਖੜੇ ਤਾਨੂੰ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁਖੜੇ ਤਾਨੂੰ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁਖੜੇ ਧੰਨ ਬਾਬਾ ਨੰਦ ਸਿੰਘ ਜੀ ਤੇਰੇ ਦਰ ਤੋਂ ਦੂਰ ਹੁੰਦੇ ਦੁਖੜੇ ਧੰਨ ਬਾਬਾ ਨੰਦ ਸਿੰਘ ਜੀ ਸਵਾਓ ਮਹਾਂਪੁਰਖਾਂ ਦਾ ਹੁਕਮ ਆਇਆ ਸਾਨੂੰ ਯਾਦਾਂ ਤੇਰੀਆਂ ਆਉਂਦੀਆਂ ਪੰਜ ਕੁ ਮਿੰਟ ਵਾਸਤੇ ਹੋਰ ਇਸੇ ਤਰ੍ਹਾਂ ਇਕਾਗਰਤਾ ਬਖਸ਼ ਫਿਰ ਅਰਦਾਸ ਸਮਾਪਤੀ ਕਰਦਾ ਓ ਸਾਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ ਤੇਰੀਆਂ ਆਉਂਦੀਆਂ ਨੇ ਸਾਨੂੰ ਯਾਦਾਂ ਨਾਲ ਤੇਰੇ ਜੋ ਗੁਜ਼ਾਰੀਆਂ ਨੇ ਉਹ ਜਾਂਦੀਆਂ ਨਾ ਸਾਥ ਵਿਸਾਰੀਆਂ ਨੇ ਨਾਲ ਤੇਰੇ ਜੋ ਗੁਜ਼ਾਰੀਆਂ ਨੇ ਉਹ ਜਾਂਦੀਆਂ ਨਾ ਸਭ ਵਿਸਾਰੀਆਂ ਨੇ ਉਹ ਜਾਂਦੀਆਂ ਨਾ ਵਿਸਾਰੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਸਨ ਯਾਦਾਂ
ਤੇਰੇ ਹੁਕਮ ਨਾਮੇ ਦੀ ਆਵਾਜ਼ ਉਹ ਕਿਵੇਂ ਸੁਣੀਏ ਤੇਰੇ ਬਾਦ ਉਹ ਤੇਰੇ ਹੁਕਮ ਨਾਮੇ ਦੀ ਆਵਾਜ਼ ਉਹ ਸੁਣੀਏ ਤੇਰੇ ਬਾਦ ਉਹ ਕਿਵੇਂ ਸੁਣੀਏ ਤੇਰੇ ਬਾਦ ਉਹ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਸਾਨੂੰ ਯਾਦਾਂ ਜਿਸ ਕਮਰੇ ਦੇ ਰਾਹੀ ਸੀ ਅੱਜ ਖੁੱਲੇ ਦਰ ਪਏ ਨਾ ਮਾਹੀ ਸੀ ਅਸੀਂ ਜਿਸ ਕਮਰੇ ਦੇ ਰਾਹੀ ਸੀ ਅੱਜ ਖੁੱਲੇ ਦਰ ਪਏ ਨਾ ਮਾਹੀ ਸੀ ਅੱਜ ਖੁੱਲੇ ਦਰ ਪਏ ਨਾ ਮਾਹੀ ਸੀ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਨਾਲ ਤੇਰੇ ਗੁਜ਼ਾਰੀਆਂ ਨੇ ਉਹ ਜਾਂਦੀਆਂ ਨਾ ਸਭ ਵਿਸਾਰੀਆਂ ਨੇ ਬਾਬਾ ਜੀ ਨਾਲ ਤੇਰੇ ਗੁਜ਼ਾਰੀਆਂ ਨੇ ਉਹ ਜਾਂਦੀਆਂ ਨਾ ਸਭ ਵਿਸਾਰੀਆਂ ਨੇ ਉਹ ਜਾਂਦੀਆਂ ਨਾ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ ਤੇਰੀਆਂ ਆਉਂਦੀਆਂ ਨੇ ਯਾਦਾਂ
ਸਤਿਨਿਕ ਹਾਜ਼ਰੀ ਪ੍ਰਵਾਨ। ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਭ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਬਹੁਤ ਬਹੁਤ ਧੰਨਵਾਦ ਹੈ ਸ੍ਰੀਮਾਨ ਸੰਤ ਬਾਬਾ ਰਮਨਦੀਪ ਸਿੰਘ ਜੀ, ਜਿਨ੍ਹਾਂ ਨੇ ਬਹੁਤ ਮਾਣ ਸਤਿਕਾਰ ਪਿਆਰ ਬਖਸ਼ਿਸ਼ ਕੀਤਾ। ਜਿੱਦਾਂ ਵੱਡੇ ਬਾਬਾ ਜੀ ਬਾਬਾ ਬਲਦੇਵ ਸਿੰਘ ਜੀ ਸਾਨੂੰ ਪਿਆਰ ਸਤਿਕਾਰ ਬਖਸ਼ਦੇ ਸੀ, ਉਦਾਂ ਹੀ ਇਹ ਮਾਣ ਪਿਆਰ ਸਤਿਕਾਰ ਜਦੋਂ ਵੀ ਆਈ ਆਈ ਬਹੁਤ ਮਿੱਠੀ ਬੋਲੀ ਹੈ, ਬੜੇ ਪਿਆਰ ਨਾਲ ਸਾਧ ਸੰਗਤ ਜੀ ਸਾਨੂੰ ਨਵਾਜਦੇ। ਗੁਰੂ ਸਾਹਿਬ ਕਿਰਪਾ ਕਰਨ, ਬਾਬਾ ਰਮਨਦੀਪ ਸਿੰਘ ਜੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਨਾਲ ਆਪਣੇ ਦਰ ਘਰ ਦੀ ਸੇਵਾ ਲੈਣ, ਜੁੜੇ ਰਹਿਣ ਤੇ ਜੋੜਦੇ ਰਹਿਣ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਸਟੇਜ ਤੇ ਜਿੰਨੇ ਮਹਾਂਪੁਰਖ ਸੁਭਾਏ ਮਾਨ ਨੇ ਸਭ ਨੂੰ ਜੀ ਆਇਆ ਦਿਲੋਂ ਸਤਿਕਾਰ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਗਿੱਲ ਸੌਂਡ ਮਹਿਰੋਂ ਵਾਲੇ ਸਾਡੇ ਬੜੇ ਪਿਆਰ ਵਾਲੇ ਨੇ, ਤਕਰੀਬਨ ਸਾਡੇ ਸਮਾਗਮਾਂ ਵਿੱਚ ਇਹ ਸੇਵਾ ਨਿਭਾਉਂਦੇ ਰਹਿੰਦੇ ਨੇ, ਇਹਨਾਂ ਦਾ ਵੀ ਧੰਨਵਾਦ। ਲਾਈਵ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਗੁਰੂ ਸਭ ਸਭ ਦੀ ਹਾਜ਼ਰੀ ਪ੍ਰਵਾਨ ਕਰਨ, ਸਭ ਨੂੰ ਦਰੋਂ ਘਰੋਂ ਖੁਸ਼ੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ